ਪਿੰਡ ਗੁਲਪੁਰ ਸਿੰਬਲੀ ਪਠਾਨਕੋਟ ਦੀ ਧੀ ਬਣੀ ਇੰਡੀਅਨ ਆਰਮੀ ਵਿੱਚ ਲੈਫਟੀਨੈਂਟ। ਰਵਿੰਦਰ ਸਿੰਘ ਦੀ ਧੀ ਪੱਲਵੀ ਜੋ ਕਿ ਸਿਰਫ 22 ਸਾਲਾਂ ਦੀ ਹੈ, ਇੰਨੀ ਨਿੱਕੀ ਉਮਰ ਵਿੱਚ ਹਾਸਲ ਕੀਤੀ ਵੱਡੀ ਕਾਮਯਾਬੀ। ਪੱਲਵੀ ਲੰਬੀ ਤਿਆਰੀ ਤੇ ਲੋੜੀਂਦੀ ਸਿਖਲਾਈ ਤੋਂ ਬਾਅਦ ਫੌਜ ਵਿੱਚ ਲੈਫਟੀਨੈਂਟ ਭਰਤੀ ਹੋਈ, ਜਿਸ ਤੋਂ ਬਾਅਦ ਪਿੰਡ ਦੇ ਲੋਕ ਤੇ ਮਹੱਤਵਾਰ ਬੰਦੇ ਵਧਾਈ ਦੇਣ ਲਈ ਰਵਿੰਦਰ ਸਿੰਘ ਦੇ ਘਰ ਪਹੁੰਚੇ। ਉੱਥੇ ਹੀ ਪੱਲਵੀ ਵੱਲੋਂ ਕਿਹਾ ਗਿਆ ਕਿ ਮਿਹਨਤ ਕਰਕੇ ਅਸੀਂ ਹਰ ਬੁਲੰਦੀ ਹਾਸਲ ਕਰ ਸਕਦੇ ਹਾਂ, ਇਸ ਲਈ ਸਾਨੂੰ ਮਿਹਨਤ ਜਾਰੀ ਰੱਖਣੀ ਚਾਹੀਦੀ। ਰਿਮੋਟ ਏਰੀਆ ਹੈ ਉਹ ਏਰੀਆ ਨਹੀਂ ਹੈ, ਉਹ ਸੋਚ ਹੈ। ਜਦੋਂ ਇਹ ਸੋਚ ਰਿਮੋਟ ਤੋਂ ਥੋੜ੍ਹੀ ਜਿਹੀ ਬਰੋਡ ਹੋ ਜਾਏਗੀ, ਥੋੜ੍ਹੀ ਵਾਈਡ ਹੋ ਜਾਏਗੀ, ਤਾਂ ਕੋਈ ਵੀ ਏਰੀਆ ਜਿਹੜਾ ਉਹ ਬੈਕਵਰਡ ਰਹੇਗਾ ਨਹੀਂ। ਉਸ ਤੋਂ ਇਲਾਵਾ ਇੱਕ ਛੋਟੀ ਜਿਹੀ ਇਹ ਵੀ ਸੀ ਕਿ ਕੁਛ ਅਲੱਗ ਕਰਨਾ ਹੈ। ਮਤਲਬ ਮੈਂ ਕਦੀ ਵੀ ਨਿਊਜ਼ 'ਚ ਨਹੀਂ ਸੁਣਿਆ ਸੀ ਕਿ ਹਾਂ ਬਹੁਤ ਜ਼ਿਆਦਾ ਪ੍ਰੋਮੀਨੈਂਟ ਕੋਈ ਵਿਮੈਨ ਹੈ ਜਿਹਨੇ ਆਰਮਡ ਫੋਰਸਿਸ ਜੁਆਇਨ ਕੀਤੀਆਂ ਆ। ਕਿਸੇ ਅਗਰ ਤੁਸੀਂ ਅੱਜ ਵੀ, ਮਤਲਬ ਅਗਰ ਮੇਰੀ ਐਗਜ਼ਾਮਪਲ ਨਿਕਾਲ ਕੇ, ਅਗਰ ਤੁਸੀਂ ਅੱਜ ਵੀ ਕਿਸੇ ਥੋੜ੍ਹੇ ਏਜਡ ਬੰਦੇ ਨੂੰ ਕਹੋਗੇ ਕਿ ਮੈਂ ਆਪਣੀ ਬੇਟੀ ਜਿਹੜੀ ਆ ਉਹ ਯੂਨੀਫਾਰਮ ਫੋਰਸਿਸ 'ਚ ਦੇਣੀ ਆ, ਆਰਮੀ ਨੂੰ ਦੇਣੀ ਹੈ, ਤਾਂ ਉਹਦਾ ਸਭ ਤੋਂ ਪਹਿਲਾਂ ਰਿਐਕਸ਼ਨ ਇਹੀ ਹੋਏਗਾ ਕਿ ਆਰਮੀ ਕੁੜੀਆਂ ਲਈ ਨਹੀਂ ਬਣੀ ਹੈ। ਤੇ ਜੋ ਚੀਜ਼ ਨਹੀਂ ਬਣੀ ਹੈ ਉਹ ਚੀਜ਼ ਕਰਨ 'ਚ ਮਜ਼ਾ ਹੀ ਅਲੱਗ ਹੁੰਦਾ ਹੈ। ਜਿਹੜੇ ਤੁਹਾਡੇ ਫੈਮਿਲੀ ਮੈਂਬਰਸ ਹੈ ਉਹ ਅਗਰ ਤੁਹਾਡੇ ਨਾਲ ਖੜ੍ਹੇ ਹੈ ਤਾਂ ਤੁਹਾਨੂੰ ਦੁਨੀਆਂ ਦੇ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਜ਼ਿਆਦਾ ਮੁਸ਼ਕਿਲ ਇੱਕ ਜਰਨੀ ਦੇ ਵਿੱਚ ਉਸ ਟਾਈਮ ਆਉਂਦੀ ਹੈ ਜਦੋਂ ਤੁਹਾਨੂੰ ਲੋਕੀ ਥੱਲੇ ਡਿਗਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਫਿਰ ਬਹੁਤ ਜ਼ਿਆਦਾ ਮੁਸ਼ਕਿਲਾਂ ਜਦੋਂ ਤੁਹਾਡੇ ਅੱਗੇ ਆ ਜਾਂਦੀਆਂ ਆ, ਤਾਂ ਤੁਹਾਨੂੰ ਕੋਈ ਲੱਭਦਾ ਨਹੀਂ ਹੈ ਕਿ ਤੁਸੀਂ ਕਿਹਨੂੰ ਜਾ ਕੇ ਸ਼ੇਅਰ ਕਰੋ ਜਾਂ ਕਿਹਦੇ ਕੋਲ ਜਾ ਕੇ ਮੋਟੀਵੇਸ਼ਨ ਲਵੋ। ਬਟ ਮੇਰੇ ਕੇਸ 'ਚ ਉਹ ਚੀਜ਼ ਨਹੀਂ ਸੀ, ਮੈਨੂੰ ਮੇਰੀ ਫੈਮਿਲੀ ਨੇ ਇਸ ਤਰ੍ਹਾਂ ਸਪੋਰਟ ਕੀਤਾ, ਮੈਨੂੰ ਇੱਕ ਪ੍ਰੋਟੈਕਟਿਵ ਸ਼ੀਲਡ ਬਣੇ ਆ ਉਹ ਮੇਰੇ ਅਰਾਊਂਡ, ਕਿ ਮੈਨੂੰ ਦੁਨੀਆ ਜੋ ਕਹਿ ਰਹੀ ਹੈ ਉਹ ਮੇਰੇ ਤੱਕ ਪੁੱਜਣ ਨਹੀਂ ਦਿੱਤੀਆਂ। ਅਤੇ ਸਾਡੇ ਤਾਇਆ ਜੀ ਪੜ੍ਹੇ ਲਿਖੇ ਸੀ, ਫੌਜ 'ਚ ਸੀਗੇ, ਅਤੇ ਉਹਨਾਂ ਨੇ ਨਾ ਇੰਗਲਿਸ਼ 'ਚ ਗੱਲ ਕਰਨੀ, ਜਦੋਂ ਗੱਲ ਕਰਨੀ ਨਾ ਇੰਗਲਿਸ਼ 'ਚ ਗੱਲ ਕਰਨੀ, ਅਤੇ ਮੈਨੂੰ ਅਸੀਂ ਪੜ੍ਹੇ ਲਿਖੇ ਸੀ, ਸਾਨੂੰ ਬੜਾ ਇੰਨਾ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਜਿੰਨਾ ਸਾਨੂੰ ਅੰਗਰੇਜ਼ੀ ਤੋਂ ਡਰ ਲੱਗਦਾ ਸੀ। ਅਤੇ ਮੈਂ ਸੋਚਿਆ ਵੀ ਇਹ ਚੀਜ਼ ਚਲੋ ਅਸੀਂ ਤਾਂ ਨਹੀਂ ਕਰ ਸਕੇ, ਪਰ ਆਪਣੇ ਬੱਚਿਆਂ ਨੂੰ ਮੈਂ ਜ਼ਰੂਰ ਇਹ, ਉਦੋਂ ਮੇਰੀ ਸਾਦੀ ਵੀ ਨਹੀਂ ਹੋਈ ਸੀ ਜਦੋਂ ਮੈਂ ਇਹ ਚੀਜ਼ ਸੋਚੀ ਕਿ ਇਹ ਇੰਗਲਿਸ਼ ਮਾਰਦੇ ਆ, ਸਾਨੂੰ ਕੁਛ ਸਮਝ ਨਹੀਂ ਲੱਗਦੀ, ਪਰ ਮੈਂ ਆਪਣੇ ਬੱਚਿਆਂ ਨੂੰ ਕਿਸੇ ਚੰਗੇ ਸਕੂਲ ਦੇ ਵਿੱਚ ਪੜ੍ਹਾਂ, ਜਿਹੜੇ ਬੱਚੇ ਜਿਹੜੇ ਆ ਉਹ ਅੱਛੇ ਪੜ੍ਹ ਲਿਖਣ। ਬਹੁਤ ਅੱਛਾ ਲੱਗ ਰਿਹਾ ਆ ਆਪਣੇ ਬੱਚੇ ਨੂੰ ਇਸ ਮੁਕਾਮ 'ਤੇ ਦੇਖ ਕੇ। ਤੁਹਾਨੂੰ ਪਤਾ ਹਰ ਪੇਰੈਂਟਸ ਨੂੰ ਕਿੰਨਾ ਗਰਵ ਮਹਿਸੂਸ ਹੁੰਦਾ, ਉੱਦਾਂ ਹੀ ਸਾਨੂੰ ਹੋ ਰਿਹਾ, ਪਰ ਉਹ ਐਂ ਫੀਲਿੰਗ ਜਿਹੜੀ ਆਪਣੀ ਕੋਈ ਵਿਅਕਤ ਨਹੀਂ ਕਰ ਸਕਦੇ ਵੀ ਕਿੱਦਾਂ ਸਾਨੂੰ ਫੀਲ ਹੋ ਰਿਹਾ।